4 जून मिलटरी ऑपरेशन शुरू होया सीगा, पर 6 जून जिहड़ी बरसी मनाई जांदी है, तो मैं सत्कारयोग सिंह साहब ज्ञानी हरप्रीत सिंह होरां नूं जिहड़े जथेदार ने श्री अकाल तख्त साहब दे, उन्हां नूं एक निमाणा सिख होण दे नाते सनिमर बेनती करूंगा, जथेदार साहब इतिहासक सच तुहानूं कबूलना पऊगा और तुहानूं फैसला देना पऊगा कि गांधी परिवार जिहड़ा जिहड़ी इंदिरा गांधी आ, जिहड़ा राजीव गांधी आ, जिहड़ी सोनिया गांधी आ, जिन्हां ने श्री हरिमंदर साहब ते हमला किया, सिखां दा कतलेआम किया, उन्हां नूं तुहानूं चाहीदा है कि 6 जून वाले दिन ही परसों नूं श्री अकाल तख्त साहब की शवील तो शपील दे उत्तों फसील दे उत्तों उन्हां नूं सिख विरोधी ते सिख दुश्मन गर्दानण दा तुसीं ऐलान करोगे, हुक्मनामा जारी करो। और साढ़े हाथ बड़ी शर्म वाली गल भी है, नमोशी वाली गल भी है कि उस समय ज्ञानी जैर सिंह जी जिहड़े सिख सी, जिन्हां दे नाल ज्ञानी शब्द भी जुड़दा सी, देश दे राष्ट्रपति सी ते तिन्ना सेना दे मुखी सी, ते ज्ञानी जैर सिंह देश दे राष्ट्रपति होण ते एडा वड्डा कहर वापर जे। और जिथों तक हुण इह वी स्पष्ट हो चुका कि ज्ञानी जैल सिंह होरां नूं जून 84 च होए इस हमले तो लगभग महीना सवा महीना पहलां पता लग गया सी कि श्री हरिमंदर साहब दे उत्ते इंदिरा गांधी वालों हमला किया जा रहा है। असीं तुहानूं वीडियो दिखावांगे जिहदे विच सुब्रमणियम स्वामी जिहड़े ने वो एक इंटरव्यू दे विच इस इतिहासक सच दा प्रगटावा करदे होए कहिंदे आ कि मैं ज्ञानी जैल सिंह होरां कोले गया 84 ਦੇ ਸ਼ੁਰੂ ਦੇ ਵਿੱਚ, ਤੇ ਗਿਆਨੀ ਜੀ ਹੋਰਾਂ ਨੇ ਮੈਨੂੰ ਕਿਹਾ ਕਿ ਸਵਾਮੀ ਜੀ ਇੰਦਰਾ ਗਾਂਧੀ ਬੜਾ ਮਾੜਾ ਕਦਮ ਚੁੱਕਣ ਨੂੰ ਫਿਰਦੀ ਹੈ, ਮੈਂ ਤਾਂ ਬਹੁਤ ਸਮਝਾ ਲਿਆ, ਉਹ ਸ਼੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਨੂੰ ਫਿਰਦੀ ਹੈ, ਮੇਰੇ ਸਮਝਾਇਆ ਤਾਂ ਸਮਝੀ ਨਹੀਂ, ਤੁਸੀਂ ਕੋਸ਼ਿਸ਼ ਕਰੋ, ਤੁਹਾਡੇ ਤੋਂ ਝੱਕਦੀ ਵੀ ਆ ਡਰਦੀ ਵੀ ਹੈ। ਅਤੇ ਕਹਿੰਦੇ ਕਿ ਸਵਾਮੀ ਜੀ ਕਹਿੰਦੇ ਕਿ ਮੈਂ ਇੰਦਰਾ ਗਾਂਧੀ ਕੋਲੋਂ ਟਾਈਮ ਲੈ ਕੇ ਗਿਆ ਅਤੇ ਮੈਂ ਜਾ ਕੇ ਉਹਨੂੰ ਕਿਹਾ ਕਿ ਜੋ ਤੂੰ ਕਰਨ ਲੱਗੀਆਂ ਇਹ ਬੜਾ ਵੱਡਾ ਕਹਿਰ ਹੀ, ਅਤੇ ਪਹਿਲੀ ਤਾਂ ਗੱਲ ਹੈ ਕਿ ਤੈਨੂੰ ਜੇ ਸਿੱਖਾਂ ਦੇ ਇਤਿਹਾਸ ਬਾਰੇ ਨਹੀਂ ਪਤਾ ਤਾਂ ਸਿੱਖਾਂ ਦਾ ਇਤਿਹਾਸ ਪੜ੍ਹ ਲਾ। ਉਹ ਕਹਿੰਦੇ ਕਿ ਮੈਂ ਊਧਮ ਸਿੰਘ ਬਾਰੇ ਹੋਰ ਸਿੱਖ ਸੂਰਵੀਰਾਂ ਬਾਰੇ ਇੰਦਰਾ ਗਾਂਧੀ ਨੂੰ ਕਿਹਾ ਵੀ, ਅਤੇ ਮੈਨੂੰ ਇੰਦਰਾ ਗਾਂਧੀ ਕਹਿਣ ਲੱਗੀ ਕਿ ਤੁਸੀਂ ਰਾਜੀਵ ਜੀ ਨਾਲ ਗੱਲ ਕਰੋ। ਅਤੇ ਕਹਿੰਦੇ ਮੈਂ ਕਿਹਾ ਪ੍ਰਧਾਨ ਮੰਤਰੀ ਤੁਸੀਂ ਜੇ ਮੈਂ ਰਾਜੀਵ ਗਾਂਧੀ ਨਾਲ ਕਿਉਂ ਗੱਲ ਕਰਾਂ। ਆਂਦੇ ਇਹ ਵੀ ਸੱਚ ਹੈ, ਉਹਨਾਂ ਨੇ ਪ੍ਰਗਟਾਵਾ ਕੀਤਾ ਹੈ ਕਿ ਸੋਵੀਅਤ ਯੂਨੀਅਨ ਜਿਹੜੀ ਕਮਿਊਨਿਸਟ ਸ਼ਕਤੀ ਸੀ ਬਹੁਤ ਵੱਡੀ, ਅਤੇ ਹਰਕਿਸ਼ਨ ਸਿੰਘ ਸੁਰਜੀਤ ਜਿਹੜੇ ਕਮਿਊਨਿਸਟ ਆਗੂ ਸੀਗੇ ਪੰਜਾਬ ਨੂੰ ਬਿਲੋਂਗ ਕਰਦੇ ਸੀਗੇ, ਉਹ ਸਰਵੇ ਸਰਵਾ ਸੀ ਪੂਰੇ ਇੰਡੀਆ ਦੇ ਵਿੱਚ ਕਮਿਊਨਿਸਟ ਪਾਰਟੀ ਦੇ, ਸੋਵੀਅਤ ਯੂਨੀਅਨ ਦੇ। ਅਤੇ ਹਰਕਿਸ਼ਨ ਸੁਰਜੀਤ ਵਰਗੇ ਜਾਂ ਕਮਿਊਨਿਸਟ ਮਹਿਸੂਸ ਕਰਦੇ ਸੀ ਜਿਸ ਕਦਰ ਇਹ ਸਿੱਖ ਲਹਿਰ ਚੱਲ ਪਈ ਹੈ ਅਤੇ ਕਮਿਊਨਿਜ਼ਮ ਵਾਸਤੇ ਬਹੁਤ ਵੱਡਾ ਖਤਰਾ ਹੈ, ਸੋਵੀਅਤ ਯੂਨੀਅਨ ਵੀ ਚਿੰਤਾ ਸੀਗੀ ਇਸ ਸਿੱਖ ਮੂਵਮੈਂਟ ਨੂੰ ਲੈ ਕੇ, ਸਿੱਖ ਸੰਘਰਸ਼ ਨੂੰ ਲੈ ਕੇ। ਅਤੇ ਉਹਨਾਂ ਨੇ ਇਹ ਪ੍ਰਗਟਾਵਾ ਕੀਤਾ ਕਿ ਜਿਹੜੀ ਸੋਵੀਅਤ ਯੂਨੀਅਨ ਸੀ ਅਤੇ ਜਿਹੜੀ ਸੋਨੀਆ ਗਾਂਧੀ ਸੀ ਉਹਦੀ ਸੋਵੀਅਤ ਯੂਨੀਅਨ ਦੇ ਨਾਲ ਬਹੁਤ ਨੇੜਤਾ ਸੀ। ਉਹ ਕਹਿੰਦੇ ਕਿ ਮੈਂ ਮਹਿਸੂਸ ਕਰਦਾ ਹਾਂ ਕਿ ਸੋਵੀਅਤ ਯੂਨੀਅਨ ਨੇ ਸੋਨੀਆ ਗਾਂਧੀ 'ਤੇ ਦਬਾਅ ਪਾਇਆ, ਸੋਨੀਆ ਗਾਂਧੀ ਨੇ ਰਾਜੀਵ ਗਾਂਧੀ 'ਤੇ ਦਬਾਅ ਪਾਇਆ, ਰਾਜੀਵ ਗਾਂਧੀ ਅਤੇ ਇੰਦਰਾ ਗਾਂਧੀ ਨੇ ਅਤੇ ਬਾਕੀ ਸਾਰਿਆਂ ਨੇ ਹਮ ਮਸ਼ਵਰਾ ਹੋ ਕੇ ਜਿਹੜਾ ਇਹ ਸਾਰਾ ਕਦਮ ਚੁੱਕਿਆ। ਔਰ ਤੁਸੀਂ ਇਹ ਦੇਖੋ, ਤੁਹਾਨੂੰ ਇੱਕ ਆਪਣੇ ਬੜੇ ਸੀਨੀਅਰ ਪੱਤਰਕਾਰ ਨੇ ਪੰਜਾਬ ਦੇ, ਸ਼ਾਇਦ ਤੁਹਾਡੇ 'ਚੋਂ ਵਾਲੇ ਉਦੋਂ ਜੰਮੇ ਵੀ ਨਹੀਂ ਹੋਣੇ ਜਦੋਂ ਦੀ ਉਹ ਪੱਤਰਕਾਰਤਾ ਕਰਦੇ ਨੇ, ਸਰਦਾਰ ਹਰਕਮਲਜੀਤ ਸਿੰਘ ਜੀ ਚੰਡੀਗੜ੍ਹ ਤੋਂ, ਉਹਨਾਂ ਨੇ ਵੀ ਇੱਕ ਇੰਟਰਵਿਊ ਦੇ ਵਿੱਚ ਪ੍ਰਗਟਾਵਾ ਕੀਤਾ ਹੈ ਕਿ ਮੈਂ ਬਲੂ ਸਟਾਰ ਆਪਰੇਸ਼ਨ ਤੋਂ, ਸ਼੍ਰੀ ਦਰਬਾਰ ਸਾਹਿਬ ਦੇ ਹਮਲੇ ਤੋਂ 6-7 ਮਹੀਨੇ ਪਹਿਲਾਂ ਦਿੱਲੀ ਜਾਣਾ, ਕੋਈ ਮੇਰਾ ਰਾਜਿਆ ਸਭਾ ਦਾ ਮੈਂਬਰ ਮਿੱਤਰ ਸੀਗਾ, ਉਸ ਉਹ ਮਿੱਤਰ ਮੈਨੂੰ ਕਹਿੰਦਾ ਕਿ ਅੱਜ ਤੁਸੀਂ ਆਏ ਜੀ, ਅੱਜ ਰਾਤ ਮੇਰੇ ਕੋਲ ਜ਼ਰੂਰ ਰਹਿਣਾ ਕਿਉਂਕਿ ਮੇਰੇ ਕੋਲ ਵੱਡੇ ਵੱਡੇ ਕਾਂਗਰਸੀ ਆਗੂ ਆ ਰਹੇ ਨੇ, ਮੈਂ ਤੁਹਾਨੂੰ ਉਹਨਾਂ ਨਾਲ ਮਿਲਾਵਾਂਗਾ। ਕਹਿੰਦੇ ਰਾਤ ਨੂੰ ਮੈਂ ਉੱਥੇ ਰਿਹਾ, ਰਾਤ ਨੂੰ ਕਾਂਗਰਸੀ ਵੱਡੇ ਵੱਡੇ ਆਗੂ ਅਰੁਣ ਸਿੰਘ ਵਗੈਰਾ ਦਾ ਨਾਂ ਲੈਂਦਾ, ਉਹ PMO ਆਫਿਸ ਦੇ ਨਾਲ ਜੁੜੇ ਹੋਏ ਹੋਰ ਕਈਆਂ ਲੋਕਾਂ ਦਾ ਜ਼ਿਕਰ ਕਰਦਾ ਆ। ਉਹ ਕਹਿੰਦੇ ਆ ਕਿ ਮੈਨੂੰ ਜਦੋਂ ਇੰਟਰੋਡਿਊਸ ਕਰਾਇਆ ਗਿਆ ਕਿ ਇਹ
बड़ी नामवर अखबार के पत्रकार ने, वो फिर हौली हौली खुलते 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 इतों तक खुल गए। अरुण सिंह ने यह कहा कि जे असी जी ये सिख मूवमेंट है इनू असी अजे वधन दें, होर वधन दें, तो जो होर वध जे तो फिर जे असी इनू यकदम क्रश करिए असर पेगा। तो तुम भी दसो कि असी इस तरह ही चोणा जित जावे, क्योंकि 84 दे विच ही लोग सभा दी चोणा सीगी, लोग सभा दी चोणा सीगी। हरकमलजीत सिंह जी कहिंदे कि मैं बड़ा ही मैनू सदमा लगा, धक्का लगा, मैं सुझे ना भी यह कह की दिता तो हो की है, अंदर फिर भी मैं कहा कि एक कदम बड़ा माड़ा होगा। चोणा तुसी जित जोगे पर इहदा जिहड़ी सिख कौम आ उहदे उत्ते जो असरअंदाज होना है तुसी उहदा क्यास नहीं कर सकते। तो सरदार हरकमलजीत सिंह कहिंदे कि वो कहिंदे हाँ असीं सिखां बारे जाणदे हां, ये ना तुसी सानू दसो, असीं सिखां बारे बड़ी स्टडी कीती है कि उही सिख ने जिहड़े अंग्रेज़ां दे विरुद्ध लड़दे सी, ते उही सिख जदों अंग्रेज़ हकूमत आ गई ते अंग्रेज़ां दे वास्ते दूजिआं नाल लड़न लग पए सी। इहनां दी फिक्र ना करो, आंदे मैनूं रात नींद नहीं आई वी की बुनियादां बुनियां जा रहीआं ने। हुण जिहड़ी सब तों वड्डी गल है कि ज्ञानी जैल सिंह होरां दे रोल की गल करदे, जे ज्ञानी जैल सिंह होरां नूं पता लग गया सीगा कि इंदिरा गांधी अजिहा कहर वरतौण नूं फिरदी है, कदम चुकण नूं फिरदी है, फिर जे इंदिरा गांधी नहीं रुकी सी तो फिर ज्ञानी जैल सिंह होरां दा फर्ज बनता सी उस समय अस्तीफा देना ते आपदी कौम दे नाल खड़ना। तो जे फिर भी वेंदे सी कि शायद इंदिरा गांधी टल जाए, तो जदों 1 तरीक नूं गोली चलाती सी तो फिर ज्ञानी जी का उस दिन तो फर्ज बनता सीगा अस्तीफा मूँह ते मार दे ते कौम दे नाल खड़ दे, फिर नहीं खड़ोते। और उस तो बाद की हुंदा है कि कहर वापरदा है, टैंकां ते तोपां नाल हमला हुंदा है, तो जो कुछ वापरदा है तो घल्लू घरदा नूं ना दिता जांदा है, तो ज्ञानी जैल सिंह श्री हरिमंदर साहब चाहुंदे है, छतरी ताण के परिक्रमा करदे है। इत्थों तक वी कहा जांदा है कि क्योंकि अजे उद तक साफ सफाई नहीं सी होई ते बाकी फौजियां ने जां सारी फौज उत्थे जुत्तियां पाई फिरदी सी, ज्ञानी जैल सिंह ने जुत्ती पाई हुई सी। ਇਹ ਪ੍ਰਗਟਾਵਾ ਜਿਹੜਾ ਸਿੰਘ ਸਾਹਿਬਾਨ ਦੇ ਜਿਹੜਾ 2 ਸਤੰਬਰ 1984 ਦਾ ਹੁਕਮਨਾਮਾ ਹੈ ਉਸ ਸਮੇਂ ਦੇ ਜਥੇਦਾਰ ਗਿਆਨੀ ਕਿਰਪਾਲ ਸਿੰਘ ਹੋਰਾਂ ਦਾ ਉਹਦੇ ਵਿੱਚ ਵੀ ਅੰਦਰਾਜ ਹੈ। ਗਿਆਨੀ ਜੈਲ ਸਿੰਘ ਹੋਰਾਂ ਦਾ ਫਰਜ਼ ਬਣਦਾ ਸੀ ਜਦੋਂ ਇੰਨਾ ਕੁਛ ਕਹਿਰ ਵਾਪਰ ਗਿਆ ਸੀਗਾ ਅਸਤੀਫਾ ਦਿੰਦੇ ਕੌਮ ਨਾਲ ਖੜਦੇ ਨਹੀਂ ਖੜੋਤੇ। ਔਰ ਇੱਥੋਂ ਤੱਕ ਕਿ ਇੰਦਰਾ ਗਾਂਧੀ ਦਾ ਕਤਲ ਹੋ ਜਾਂਦਾ ਹੈ, ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਸਹੁੰ ਚੁਕਾਉਣੀ ਹੈ, ਤਾਂ ਗਿਆਨੀ ਜੈਲ ਸਿੰਘ ਰਾਜੀਵ ਗਾਂਧੀ ਦਾ ਨੂੰ ਸਹੁੰ ਚੁਕਾਉਂਦੇ ਹੈ ਉਸ ਗਾਂਧੀ ਪਰਿਵਾਰ ਦੇ, ਫਿਰ ਗਾਂ ਜਿਹੜੀ ਅਗਲੀ ਨਸਲ ਸੀ ਉਹਨੂੰ ਸਹੁੰ ਚੁਕਾਉਂਦੇ ਹੈ। ਗਿਆਨੀ ਜੀ ਨੂੰ ਮਾੜੀ ਮੋਟੀ ਵੀ ਉਹਨਾਂ ਦੀ ਰੂਹ ਦੇ ਉੱਤੇ ਬੋਝ ਨਾ ਬਣਿਆ। ਔਰ ਫਿਰ ਉਸ ਤੋਂ ਬਾਅਦ ਕੀ ਹੁੰਦਾ ਆ ਕਿ ਦਿੱਲੀ ਦੀਆਂ ਗਲੀਆਂ ਦੇ ਵਿੱਚ ਜੋ ਸਿੱਖਾਂ ਦਾ ਕਤਲੇਆਮ ਹੁੰਦਾ ਆ, ਪੂਰੇ ਹਿੰਦੁਸਤਾਨ 'ਚ ਹੁੰਦਾ ਆ, ਪਰ ਜੋ ਕੁਛ ਦਿੱਲੀ ਦੀਆਂ ਗਲੀਆਂ 'ਚ ਵਾਪਰਿਆ ਗਲਾਂ ਵਿੱਚ ਟਾਇਰ ਪਾ ਪਾ ਕੇ ਬਦੋਸ਼ੇ ਅਤੇ ਨਿਰਦੋਸ਼ ਸਿੱਖਾਂ ਨੂੰ ਜਿੰਦਾ ਸਾੜ ਦਿੱਤਾ ਗਿਆ, ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲੀਆਂ ਗਈਆਂ, ਗੈਂਗ ਰੇਪ ਹੋਏ, ਸਿੱਖ ਬੱਚੀਆਂ ਨੂੰ ਚੁੱਕ ਕੇ ਜੁਰਮਾਨੇ ਲੈ ਗਏ, ਅਤੇ ਗਿਆਨੀ ਜੈਲ ਸਿੰਘ ਫਿਰ ਵੀ ਕੁਰਸੀ ਨੂੰ ਚੰਬੜੇ। ਔਰ ਇੱਥੇ ਸਵਾਲ ਪੈਦਾ ਹੁੰਦਾ ਕਿ ਗਿਆਨੀ ਜੈਲ ਸਿੰਘ ਵੀ ਜਿਹੜਾ ਆ ਸਿੱਖਾਂ ਦਾ ਦੁਖੀ ਹੈ। ਤਾਂ ਮੈਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਗਿਆਨੀ ਜੈਲ ਸਿੰਘ ਦੇ ਵਿਰੁੱਧ ਵੀ ਸਿੱਖ ਦੁਖੀ ਹੋਣ ਦਾ ਜਿਹੜਾ ਆ ਹੁਕਮਨਾਮਾ ਜਾਰੀ ਕੀਤਾ ਜਾਵੇ।